ਸਮਾਣਾ ਸਾਹਿਬ 'ਚ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਨੀਟਾ ਚਿੰਮਾ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਗਿਆ ਹੈ ਨਗਰ ਕੌਂਸਲ ਦਫ਼ਤਰ ਦੇ ਬਾਹਰ। ਸਾਰਿਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਨੀਟਾ ਚਿੰਮਾ ਵੱਲੋਂ ਵੀ ਸ਼ਹਿਰ ਮੈਂ ਜਿਹੜੇ ਕਬਜ਼ੇ ਹੈ ਉਹ ਹਟਾਏ ਜਾਣ, ਨਹੀਂ ਤਾਂ ਮੈਂ ਕੱਲ੍ਹ ਤੋਂ ਭੁੱਖ ਹੜਤਾਲ ਵੀ ਸ਼ੁਰੂ ਕਰਾਂਗਾ। ਹੁਣ ਆਉਣ ਵਾਲਾ ਸਮਾਂ ਦੱਸੇਗਾ ਪ੍ਰਸ਼ਾਸਨ ਦੇ ਅਧਿਕਾਰੀ ਇਸ ਮਸਲੇ ਨੂੰ ਕਿਸ ਤਰ੍ਹਾਂ ਹੱਲ ਕਰਦੇ ਹਨ। ਧਰਨਾ ਤਾਂ ਮੈਂ ਇਹ ਸੋਚ ਕੇ ਆਇਆ ਕਿ ਪਤਾ ਨਹੀਂ ਦੁਬਾਰਾ ਘਰ ਜਾ ਪਾਊਂਗਾ ਕਿ ਨਹੀਂ, ਕਿਉਂਕਿ ਬਹਿ ਗਿਆ ਤਾਂ ਬਹਿ ਗਿਆ, ਜਿੰਨਾ ਚਿਰ ਮੇਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨਾ ਚਿਰ ਮੈਂ ਉਹ ਉੱਠ ਕੇ ਜਾਣ ਵਾਲਾ ਨਹੀਂ। ਮੈਂ ਕੱਲ੍ਹ ਤੋਂ ਭੁੱਖ ਹੜਤਾਲ ਵੀ ਸ਼ੁਰੂ ਕਰ ਦੇਣੀ ਹੈ, ਅੱਗੇ ਜਿੱਥੇ ਤੱਕ ਚੱਲਦੀ ਹੈ ਦੇਖਦੇ ਹਾਂ। ਅਤੇ ਬਾਕੀ ਜਿਹੜੀ ਮੈਂ ਕੌਲ ਦਿੱਤੀ ਸੀ, ਦੇਖੋ ਮੈਂ ਉਸ 'ਤੇ ਖੜ੍ਹਾ, ਮੈਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਾ ਕਿ ਆਓ ਭਰਾਓ ਸਾਥ ਦਿਓ ਮੇਰਾ, ਵੱਧ ਤੋਂ ਵੱਧ ਆਪਾਂ ਇਹ ਜਿਹੜਾ ਤਰੱਕੀ ਉਹ ਹੈ ਪ੍ਰਸ਼ਾਸਨ ਹੈ ਇਹਦੇ ਖਿਲਾਫ਼ ਆਪਾਂ ਆਪਣੀ ਆਵਾਜ਼ ਉਠਾ ਸਕੇ। ਬਿਲਕੁਲ ਨਹੀਂ ਆਇਆ ਜੀ, ਉਸ ਤੋਂ ਬਾਅਦ ਵੀ ਕਿਹਾ ਭਾਈ ਸਾਹਿਬ ਹੁਣ ਬਾਈਕ ਲੈ ਕੇ ਗਏ ਨੇ ਕਿ ਉੱਥੇ ਇੱਕ ਕਬਜ਼ਾ ਉਸ ਤੋਂ ਬਾਅਦ ਵੀ ਹੋ ਗਿਆ, ਕੋਈ ਕਰਿਆਨੇ ਵਾਲੇ ਨੇ ਕਰ ਲਿਆ, ਉਸ ਤੋਂ ਬਾਅਦ ਵੀ ਕਬਜ਼ੇ ਹੋ ਰਹੇ ਨੇ, ਕੋਈ ਮੇਰੇ ਕੋਲ ਜਵਾਬ ਨਹੀਂ ਆਇਆ। ਸਿਰਫ਼ ਇੱਕ ਡਿਪਟੀ ਕਮਿਸ਼ਨਰ ਦਾ ਮੇਰੇ ਕੋਲ ਜਵਾਬ ਆਇਆ ਕਿ ਤੁਹਾਡੀ ਜਿਹੜੀ ਕਾਰਵਾਈ ਹੈ ਉਹ ਅਸੀਂ ਅੱਗੇ ਫਾਰਵਰਡ ਕਰਦੇ ਹਾਂ, ਹੋਰ ਮੇਰੇ ਕੋਲ ਕੋਈ ਜਵਾਬ ਨਹੀਂ। ਫੁੱਟਪਾਥ ਚਲਾ ਬਣਾਈ ਜਾਂਦੀ ਹੈ ਜੀ ਜਨਤਾ ਦੀ ਸੁਵਿਧਾ ਵਾਸਤੇ, ਕਿ ਜਿਹੜਾ ਲੋਕ ਪੈਦਲ ਚੱਲਣ ਵਾਲੇ ਨੇ, ਪੈਦਲ ਚੱਲਣ ਵਾਲਿਆਂ ਵਾਸਤੇ, ਕਿ ਸੜਕ 'ਤੇ ਜਿਹੜੇ ਵਾਹਨ ਚੱਲਦੇ ਨੇ ਉਹ ਫੁੱਟਪਾਥ 'ਤੇ ਚੱਲਦੀ ਹੈ ਪੈਦਲ ਜਨਤਾ। ਇੱਥੇ ਤਾਂ ਫੁੱਟਪਾਥਾਂ ਦੇ ਉੱਤੇ ਲੋਕਾਂ ਨੇ ਲੈਂਟਰ ਪਾ ਦਿੱਤੇ ਨੇ, ਸਰਕਾਰੀ ਜਗ੍ਹਾ 'ਤੇ ਲੋਕ ਰੇਹੜੀਆਂ ਅੱਗੇ ਖਿਲਾਰ ਕੇ 20-20 ਹਜ਼ਾਰ, 15-15 ਹਜ਼ਾਰ, 10-10 ਹਜ਼ਾਰ ਰੁਪਇਆ ਕਿਰਾਇਆ ਵਸੂਲ ਰਹੇ ਨੇ। ਜਨਤਾ ਦੀ ਪ੍ਰੋਪਰਟੀ ਹੈ, ਸਰਕਾਰ ਦੀ ਪ੍ਰੋਪਰਟੀ ਹੈ, ਪ੍ਰਾਈਵੇਟ ਬੰਦੇ ਕਬਜ਼ੇ ਵੀ ਕਰੀ ਜਾਂਦੇ ਨੇ, ਉੱਤੋਂ ਕਿਰਾਏ ਵੀ ਵਸੂਲ ਕਰੀ ਜਾਂਦੇ ਨੇ। ਅਤੇ ਸਾਡੇ ਸਤਿਕਾਰਯੋਗ ਈਓ ਸਾਹਿਬ ਨੇ ਜਿਹੜੇ ਅੱਖਾਂ ਬੰਦ ਕਰਕੇ ਬੈਠੇ ਨੇ, ਜਿਹੜੇ ਰੇਹੜੀਆਂ ਵਾਲੇ ਨੇ ਉਹਨਾਂ ਲਈ ਕੋਈ ਢੁੱਕਵਾਂ ਪ੍ਰਬੰਧ ਕਰਕੇ ਇੱਕ ਸਾਈਡ 'ਤੇ, ਕਿ ਜਿਹੜਾ ਉਹ ਟ੍ਰੈਫਿਕ 'ਚ ਵਿਘਨ ਨਾ ਬਣਨ, ਉਹਨਾਂ ਨੂੰ ਇੱਕ ਅਲੱਗ ਤੋਂ ਜਗ੍ਹਾ ਦਿੱਤੀ ਜਾਵੇ। ਦੇਖੋ ਰੇਹੜੀਆਂ ਵਾਲਿਆਂ ਦੇ ਵੀ ਢਿੱਡ ਲੱਗਿਆ, ਸਾਡੇ ਹੀ ਨੇ ਉਹ ਵੀ ਬੰਦੇ, ਉਹਨਾਂ ਨੂੰ ਇੱਕ ਅਲੱਗ ਤੋਂ ਕਿਤੇ ਸੈੱਟ ਕਰ ਦੇਣਾ ਚਾਹੀਦਾ, ਨਾ ਕਿ ਦੁਕਾਨਦਾਰ ਆਪਣੇ ਅੱਗੇ ਖਿਲਾਰ ਕੇ ਉਹਨਾਂ ਤੋਂ ਕਿਰਾਇਆ ਵਸੂਲੂ, ਉਹਨੂੰ ਤਾਂ ਕਮੇਟੀ ਕਿਉਂ ਨਹੀਂ ਕਿਰਾਇਆ ਵਸੂਲ ਦਿੱਤੀ। ਪਾਰਕਿੰਗ ਦੀ ਸਮੱਸਿਆ ਵੀ ਹੈ, ਮਤਲਬ ਲੋਕ ਪਿੰਡਾਂ 'ਚ ਹਰੇਕ ਬੰਦਾ ਅੱਜ ਕੱਲ੍ਹ ਗੱਡੀ 'ਚ ਆਉਂਦਾ, ਠੰਡ ਹੈ, ਅਤੇ ਉਹਨਾਂ ਵਾਸਤੇ ਨਗਰ ਕੌਂਸਲ ਦੀ ਕੀ ਜ਼ਿੰਮੇਵਾਰੀ ਦੇ ਤਾਂ ਕਿ ਸ਼ਹਿਰ 'ਚ ਗੱਡੀਆਂ ਖੜ੍ਹਦੀਆਂ ਉਹ ਵੀ। ਦੇਖੋ ਸ਼ਹਿਰ 'ਚੋਂ ਪਿੰਡ 'ਚੋਂ ਕੋਈ ਆਉਂਦਾ ਨੇੜੇ ਦੇ 15-20 ਕਿਲੋਮੀਟਰ ਤੋਂ ਕੋਈ ਆਏਗਾ, 5 ਕਿਲੋਮੀਟਰ ਤੋਂ ਆਏਗਾ ਆਪਣੇ ਪਰਿਵਾਰ ਨਾਲ ਗੱਡੀ 'ਤੇ ਬਾਈਕ 'ਤੇ ਆਏਗਾ, ਤਾਂ ਉਹਨੇ ਵਿਚਾਰੇ ਨੇ ਕਿਤੇ ਤਾਂ ਗੱਡੀ ਪਾਰਕ ਕਰਨੀ ਹੈ ਨਾ। ਜੇ ਕੋਈ ਬਾਈਕ 'ਤੇ ਉਹਨੇ ਬਾਈਕ ਤਾਂ ਕਿਤੇ ਖਿਲਾਰ ਕੇ ਸਮਾਨ ਸ਼ੋਪਿੰਗ ਕਰੇਗਾ ਨਾ, ਹੈ ਹੀ ਨਹੀਂ ਜੀ ਕਿਤੇ, ਉਹ ਸਾਰੀਆਂ ਪਹਿਲਾਂ ਵਿਕ ਗਈਆਂ ਸਮੇਂ ਦੀਆਂ, ਸਰਕਾਰਾਂ ਨੇ ਵੇਚਤੀਆਂ, ਅਤੇ ਜਿਹੜੀ ਆ ਭਾਗਾਂ ਵਾਲੀ ਸਰਕਾਰ ਆਈ ਹੈ ਜਿਹਦੇ ਤੋਂ ਕੁਛ ਉਮੀਦਾਂ ਸੀ, ਇਹ ਕਬਜ਼ੇ ਕਰਾਈ ਜਾ ਰਹੇ ਨੇ, ਕੋਈ ਇਹਦੇ 'ਤੇ ਬੋਲਦਾ ਨਹੀਂ। ਹੁਣ ਕੱਲ੍ਹ ਤੋਂ ਅੱਜ ਨਾ ਕੋਈ ਗੱਲਬਾਤ ਹੋਈ ਤਾਂ ਕੱਲ੍ਹ ਨੂੰ ਭੁੱਖ ਹੜਤਾਲ, ਕੱਲ੍ਹ ਤੋਂ ਭੁੱਖ ਹੜਤਾਲ ਜੀ, ਅੱਗੇ ਦੀ ਰਣਨੀਤੀ ਕੱਲ੍ਹ ਦੱਸਾਂਗੇ। ਅਤੇ ਬੈਠੇ ਹਾਂ, ਮੈਂ ਤਾਂ ਇਹੀ ਅਪੀਲ ਕਰਦਾ ਕਿ ਆਓ ਭਰਾਵੋ ਮੇਰਾ ਸਾਥ ਦਿਓ, ਇਹਦੇ 'ਚ ਕੋਈ ਕਿਸੇ ਪਾਰਟੀ ਦਾ ਮੁੱਦਾ ਨਹੀਂ, ਮੈਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਅਪੀਲ ਕਰਦਾ, ਮੈਂ ਅਕਾਲੀ ਦਲ, BJP, ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ, ਸਮਾਜ ਸੇਵੀ ਸੰਸਥਾ ਨੇ, ਸ਼ਹਿਰ ਦੇ ਜਿਹੜੇ ਪਿਆਰ ਕਰਨ ਵਾਲੇ ਸ਼ਹਿਰ ਨੂੰ ਲੋਕ ਨੇ, ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਓ ਆਪਾਂ ਆਪਣੇ ਹੱਕ ਦੀ ਲੜਾਈ ਲੜੀਏ। ਇਹਨੂੰ ਜਿਹੜਾ ਹੈ ਇਹਨੂੰ ਨਜਾਇਜ਼ ਕਬਜ਼ਿਆਂ ਕਰਕੇ ਟਾਈਟ ਹੋ ਚੁੱਕਿਆ, ਅੱਜ ਪਹਿਲੇ ਗੱਡੀਆਂ ਨਿਕਲ ਜਾਂਦੀਆਂ, ਹੁਣ ਤਾਂ ਸਾਈਕਲ ਪੈਦਲ ਚੱਲਣਾ ਵੀ ਬੜਾ ਮੁਸ਼ਕਲ ਹੋ ਗਿਆ, ਬਾਜ਼ਾਰਾਂ ਦੇ ਵਿੱਚ ਨਜਾਇਜ਼ ਕਬਜ਼ੇ ਹੋ ਚੁੱਕੇ ਨੇ, ਹਰਿਆ ਭਰਿਆ ਜਿਹੜਾ ਸਾਡਾ ਸ਼ਹਿਰ ਸੀ ਉਹਦੇ ਪੇੜ ਕੱਟੇ ਜਾ ਰਹੇ ਨੇ, ਕੋਈ ਸੁਣਵਾਈ ਨਹੀਂ। ਜਦੋਂ ਵੀ ਅਸੀਂ ਈਓ ਸਾਹਿਬ ਨੂੰ ਜਾਂ ਸਮਾਣਾ ਪ੍ਰਸ਼ਾਸਨ ਨੂੰ SDM ਸਾਹਿਬ ਨੂੰ ਅਸੀਂ ਮਿਲੇ, ਇਹਨਾਂ ਮੰਗਾਂ ਨੂੰ ਲੈ ਕੇ ਸਾਡੀਆਂ ਮੰਗਾਂ ਨੂੰ ਇਗਨੋਰ ਕੀਤਾ ਗਿਆ, ਔਰ ਸਾਨੂੰ ਇੱਥੇ ਦਿਖਾਇਆ ਕਿ ਵੀ ਅਸੀਂ ਉਹਨਾਂ 'ਤੇ ਕਾਰਵਾਈ ਕਰਦੇ ਹਾਂ, ਕਰੇਨਾ ਤਿਆਰ ਕਰ ਲੈਂਦੇ ਨੇ, ਬਲਡੋਜ਼ਰ ਤਿਆਰ ਕਰ ਲੈਂਦੇ ਨੇ, ਉਸ ਤੋਂ ਬਾਅਦ ਪਤਾ ਨਹੀਂ ਕਿਹੜਾ ਇਹੋ ਜਿਹਾ ਕੰਮ ਹੁੰਦਾ, ਇਹ ਬੈਠ ਜਾਂਦੇ ਨੇ ਚੁੱਪਚਾਪ, ਬਾਅਦ ਪੈਦਲ ਵਾਸਤੇ ਹੁੰਦੀ ਹੈ। ਲੇਕਿਨ ਦੇਖੋ ਇਹ ਫਿਰ ਵੀ ਦੇਖੋ ਕੁਛ ਵੀ ਨਹੀਂ ਹੈ, ਫੁੱਟਪਾਥ 'ਤੇ ਤਾਂ ਰੇਹੜੀਆਂ ਲੱਗ ਚੁੱਕੀਆਂ, ਉੱਥੇ ਜਿਹੜਾ ਹੈ ਨਜਾਇਜ਼ ਕਬਜ਼ੇ ਹੋ ਚੁੱਕੇ ਨੇ, ਸਰਕਾਰ ਜਿਹੜਾ ਹੈ ਚੁੱਪ ਕਰਕੇ ਬੈਠੀ ਹੈ, ਧਰਨਿਆਂ ਤੋਂ ਬਣੀ ਸਰਕਾਰ ਅੱਜ ਧਰਨਿਆਂ ਤੋਂ ਹੀ ਭੱਜ ਰਹੀ ਹੈ। ਇਹ ਜਿਹੜਾ ਧਰਨਾ ਹੈ ਅਣਮਿੱਥੇ ਸਮੇਂ ਵਾਸਤੇ ਹੈ, ਅੱਜ ਇਹ ਧਰਨੇ ਦੀ ਪਹਿਲਾ ਦਿਨ ਦੀ ਸ਼ੁਰੂਆਤ ਹੈ, ਅੱਗੇ ਇਹਨੂੰ ਕੰਟੀਨਿਊ ਕੀਤਾ ਜਾਊਗਾ। ਜੇ ਕਰ ਰਿਹਾ ਦੇਖੋ ਇਸ ਤਰ੍ਹਾਂ, ਇਹ ਪਹਿਲਾਂ ਜਦੋਂ ਮਸਲਾ ਮੇਰੇ ਧਿਆਨ 'ਚ ਆਇਆ ਤਾਂ ਮੈਂ ਈਓ ਬਰਜਿੰਦਰ ਜੀ ਹੈਗੇ ਈਓ ਸਮਾਣਾ, ਉਹਨਾਂ ਨਾਲ ਡਿਸਕਸ ਕੀਤਾ ਇਸ਼ੂ, ਤਾਂ ਉਹਨਾਂ ਤੋਂ ਮੈਂ ਰਿਪੋਰਟ ਮੰਗੀ ਕਿ ਜਿਹੜੇ ਜਿਹੜੇ ਆਪਣੇ ਨਜਾਇਜ਼ ਕਬਜ਼ੇ ਨੂੰ ਧਿਆਨ 'ਚ ਆਏ ਅਤੇ ਕੀ ਐਕਸ਼ਨ ਲਿੱਤਾ ਗਿਆ।
ਅਤੇ ਉਹਨਾਂ ਵੱਲੋਂ ਮੈਨੂੰ ਪਿੰਨ ਪੁਆਇੰਟ ਦੱਸਿਆ ਗਿਆ ਕਿ ਮੈਡਮ ਇਹ ਕਬਜ਼ੇ ਸਾਡੇ ਧਿਆਨ 'ਚ ਆਏ ਨੇ, ਉਹ ਹਟਾ ਦਿੱਤੇ ਗਏ ਨੇ ਅਤੇ ਉਹ ਚੈੱਕ ਕੀਤੇ ਗਏ ਸਪੋਟਸ। ਅਤੇ ਸਾਡੀ ਇੰਨੀ ਕੁ ਇਸ 'ਚ ਹੈਗੀ ਹੈ ਗੁਜ਼ਾਰਿਸ਼ ਕਿ ਜਿਹੜੇ ਕਬਜ਼ੇ ਤੁਹਾਨੂੰ ਪਰਟੀਕੁਲਰ ਲੱਗਦੇ ਨੇ ਵੀ ਕਿਸੇ ਜਗ੍ਹਾ 'ਤੇ ਹੈ ਅਤੇ ਹਟਾਇਆ ਨਹੀਂ ਗਿਆ, ਉਹ ਸਾਡੇ ਧਿਆਨ 'ਚ ਪਰਟੀਕੁਲਰ ਪਲੇਸ ਲਿਆਂਦੀ ਜਾਵੇ ਕਿ ਹਾਂ ਇਸ ਜਗ੍ਹਾ 'ਤੇ ਹੋਇਆ ਹੋਇਆ। ਵੀ ਵੈਸੇ ਜਿਹੜੀ ਹੈਗੀ ਹੈ ਨਗਰ ਕੌਂਸਲ ਵੱਲੋਂ ਐਕਸ਼ਨ ਲਿੱਤਾ ਜਾ ਰਿਹਾ ਜਿੰਨੇ ਵੀ ਕਬਜ਼ੇ ਸਾਡੇ ਧਿਆਨ 'ਚ ਆ ਰਹੇ ਨੇ, ਜਿਵੇਂ ਕਿ ਕੱਲ੍ਹ ਹੀ ਸਾਡੇ ਧਿਆਨ 'ਚ ਆਇਆ ਸੀਗਾ ਕਿ ਪਿੰਡਰ ਕਲੋਨੀ ਜਿਹੜੀ ਹੈਗੀ ਹੈ। ਹੁਣ ਇਹਦੇ ਰਿਗਾਰਡਿੰਗ ਇਹ ਹੈ, ਸਾਡੀ ਅੱਜ ਵੀ ਮੈਂ ਸਾਰੀ ਟ੍ਰੇਡ ਐਸੋਸੀਏਸ਼ਨ ਸਮਾਨਾ ਦੇ ਸਾਰੀਆਂ 16-17 ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਅਤੇ ਨੁਮਾਇੰਦੇ ਬੁਲਾਏ ਸੀ ਸਾਰੀਆਂ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਡਿਸਕਸ ਕਰਨ ਲਈ। ਉਹਦੇ 'ਚ ਇਹ ਸਮੱਸਿਆ ਵੀ ਡਿਸਕਸ ਹੋਈ ਹੈ ਅਤੇ ਇਹਦੇ ਸੰਬੰਧੀ ਪਹਿਲਾਂ ਸ਼ਹਿਰ 'ਚ ਪੀਲੀਆਂ ਪੱਟੀਆਂ ਲਗਾਈਆਂ ਗਈਆਂ ਸੀ ਦੁਕਾਨਾਂ ਦੇ ਬਾਹਰ ਸੜਕ ਦੇ ਸਾਈਡ 'ਤੇ ਕਿ ਜਿਹੜੀ ਪੀਲੀ ਪੱਟੀ ਤੋਂ ਬਾਹਰ ਨਾ ਕਿਸੇ ਦੁਕਾਨ ਦਾ ਸਮਾਨ ਰੱਖਿਆ ਜਾਊਗਾ ਨਾ ਕੋਈ ਰੇਹੜੀ ਲਗਾਈ ਜਾਊਗੀ। ਬਟ ਜਦੋਂ ਕੋਈ ਵੀ ਇਨਫੋਰਸਮੈਂਟ ਹੁੰਦੀ ਹੈ ਕੁਛ ਟਾਈਮ ਤੱਕ ਉਹ ਸਹੀ ਚੱਲਦੀ ਹੈ, ਬਾਅਦ 'ਚੋਂ ਸਾਰੇ ਉਸੇ ਯੂਜ਼ ਟੂ ਹੋ ਜਾਂਦੇ ਨੇ। ਹੁਣ ਅਸੀਂ ਦੁਬਾਰਾ ਉਹ ਯੈਲੋ ਪੱਟੀਆਂ ਲਗਾ ਰਹੇ ਹਾਂ ਅਤੇ ਮੇਰੀ ਸਭ ਨੂੰ ਇਹ ਅਪੀਲ ਹੈ ਕਿ ਉਸ ਪੱਟੀ ਤੋਂ ਬਾਅਦ ਨਾ ਕੋਈ ਰੇਹੜੀ ਖੜੂਗੀ, ਨਾ ਕੋਈ ਸਮਾਨ ਦੁਕਾਨ ਦਾ ਰੱਖਿਆ ਜਾਊਗਾ। ਜੇ ਉਹ ਰੱਖਿਆ ਜਾਂਦਾ ਹੈ ਤਾਂ ਜਿਹੜਾ ਹੈਗਾ ਸਖ਼ਤ ਐਕਸ਼ਨ ਲਿਆ ਜਾਊਗਾ ਉਹਨਾਂ ਦੇ ਵਿਰੁੱਧ। ਅਤੇ ਇਹ ਐਕਸਰਸਾਈਜ਼ ਵਨ ਟਾਈਮ ਐਕਸਰਸਾਈਜ਼ ਨਹੀਂ ਹੋਊਗੀ, ਰੈਗੂਲਰ ਐਕਸਰਸਾਈਜ਼ ਚੱਲੂਗੀ। ਇਸ ਸੰਬੰਧੀ ਮੇਰੀ ਸਾਰੇ ਦੁਕਾਨਦਾਰਾਂ ਨੂੰ, ਸ਼ਹਿਰ ਨਿਵਾਸੀਆਂ ਨੂੰ ਵੀ ਅਪੀਲ ਹੈ ਕਿ ਜਦੋਂ ਵੀ ਤੁਸੀਂ ਕਿਸੇ ਵੀ ਭੀੜੇ ਬਾਜ਼ਾਰ 'ਚ ਜਾਂਦੇ ਹੋ ਆਪਣੇ 4-ਵੀਲਰ ਸਾਈਡ ਪਾਰਕਿੰਗ 'ਤੇ ਪਾਰਕ ਕਰੋ, ਨਾ ਕਿ ਬਾਜ਼ਾਰ ਦੇ ਵਿੱਚ ਲੈ ਕੇ ਜਾਓ। ਜੇ ਤੁਸੀਂ ਦੁਕਾਨ ਤੋਂ ਸਮਾਨ ਲੈਣਾ ਤੁਹਾਨੂੰ ਅੱਧਾ ਘੰਟਾ ਲੱਗਣਾ, ਤੁਹਾਨੂੰ ਸਾਈਡ 'ਤੇ ਪਾਰਕ ਕੀਤਾ ਜਾਵੇ, ਨਾ ਕਿ ਦੁਕਾਨ ਦੇ ਅੱਗੇ ਪਾਰਕ ਕਰ ਦਿੱਤਾ ਜਾਵੇ ਤਾਂ ਜੋ ਆਉਣ ਜਾਣ ਵਾਲਿਆਂ ਨੂੰ ਸਮੱਸਿਆ ਨਾ ਹੋਵੇ। ਬਾਈਕਸ ਨੂੰ ਸਿੱਧੇ ਤਰੀਕੇ ਨਾਲ ਖੜਾਇਆ ਜਾਵੇ 2-ਵੀਲਰਸ ਨੂੰ। ਇਹ ਜਿਹੜੀ ਸਮੱਸਿਆ ਹੁੰਦੀ ਹੈ ਟ੍ਰੈਫਿਕ ਦੀ, ਜੇ ਪ੍ਰਸ਼ਾਸਨ ਵੱਲੋਂ ਇਹਦੇ 'ਚ ਇੱਕ ਐਕਸ਼ਨ ਲੈਣਾ ਬਣਦਾ ਹੈ ਤਾਂ ਇੱਕ ਸੋਸ਼ਲ ਰਿਸਪੋਂਸੀਬਿਲਟੀ ਹੈ ਕਿ ਕਲੈਕਟਿਵ ਰਿਸਪੋਂਸੀਬਿਲਟੀ ਹੈ। ਸ਼ਹਿਰ ਨਿਵਾਸੀਆਂ ਨੇ, ਉਹਨਾਂ ਨੇ ਵੀ ਆਪਣਾ ਯੋਗਦਾਨ ਪਾਉਣਾ। ਜਿਹੜਾ ਦੁਕਾਨਦਾਰ ਆ ਉਹ ਵੀ ਆਪਣੇ ਕਸਟਮਰ ਨੂੰ ਕਹਿ ਸਕਦਾ ਕਿ ਬਈ ਜਾ ਕੇ ਉੱਥੇ ਪਾਰਕ ਕਰਕੇ ਆ ਅਤੇ ਇਹਨੂੰ ਠੀਕ ਤਰ੍ਹਾਂ ਪਾਰਕਿੰਗ ਕਰੋ। ਥੈਂਕ ਯੂ ਮੈਡਮ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।